बोलने को पड़ी। आजा कर दी पीरा सचिन उधर हो जाओ, उधर बह जाओ। आओ सारे आ गए ना। ਸੁਖਬੀਰ ਸਿੰਘ ਬਾਦਲ ਦਾ ਜੋ ਹੁਕਮ ਹੋਊ, ਪਹਿਲਾਂ ਵੀ ਅਸੀਂ ਹੁਕਮ ਉਹਨਾਂ ਦਾ ਸਿਰ ਮੱਥੇ ਹੰਡਾਉਂਦੇ ਰਹੇ ਹਾਂ। ਜੋ 5 ਸਾਲ ਇੱਥੇ ਸੁੱਖ ਹੰਡਾ ਕੇ, ਪਾਵਰ ਹੰਡਾ ਕੇ, ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪਾਵਰਾਂ ਹੰਡਾ ਕੇ, ਕਿਉਂਕਿ ਇਹ ਸਤਿਕਾਰ ਸਰਦਾਰ ਜਗਦੇਵ ਸਿੰਘ ਤਲਵੰਡੀ ਦਾ ਸੀ, ਇਹਦਾ ਕੁਛ ਨਹੀਂ ਕੀਤਾ ਹੋਇਆ। ਇਹਨੇ ਅੱਜ ਤੱਕ ਇੱਕ ਡੱਕਾ ਇਹ ਕਹਿ ਦੇਵੇ ਇਹਨੇ ਕੁਛ ਕੀਤਾ, ਇਹਨੇ ਕੁਛ ਕਰਕੇ ਦੀ ਕਰਾਮਾਤ ਕੀ ਹੈ, ਇਹਨੇ ਕਰਕੇ ਕਿਆ ਵੜਦਾ, ਬੰਦੇ ਨੂੰ ਖਰਾਬ ਕਰਦਾ। ਉਹਨੇ ਸਾਡੀ ਡਿਊਟੀ ਜਲਾਲਾਬਾਦ ਲਾਤੀ, ਮੈਂ ਜਲਾਲਾਬਾਦ ਰਿਹਾ, ਮੇਰੀ ਉੱਥੇ ਤੁਸੀਂ ਜਾ ਕੇ ਚੈੱਕ ਕਰ ਲਓ, 15 ਮਿੰਟ ਮੇਰੇ ਕੋਲ ਸੀ ਉਹ ਸਾਰਿਆਂ ਦਾ, ਤੁਸੀਂ ਰਿਕਾਰਡ ਚੈੱਕ ਕਰ ਲਓ ਕਿੰਨੀ ਆਪਾਂ ਉੱਥੇ ਮਿਹਨਤ ਕੀਤੀ ਆ। ਅਸੀਂ ਖੰਨੇ ਰਹੇ ਨਹੀਂ, ਇਹ ਜਿੰਨੇ ਲੀਡਰ ਸਾਹਿਬ ਖੱਟਾ ਸਾਹਿਬ ਜਿਹੜੇ ਅਕਾਲੀ ਦਲ ਚੋਂ ਇੱਥੇ ਉਮੀਦਵਾਰ ਸੀਗੇ ਪਹਿਲਾਂ ਰਣਜੀਤ ਸਿੰਘ ਤਲਵੰਡੀ, ਹੁਣ ਉਹਨਾਂ ਨੇ ਚਲੇ ਗਏ ਆ ਸੁਖਬੀਰ ਸਿੰਘ ਢੇਸਾ ਉਹਨਾਂ ਨਾਲ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ, ਇਸ ਜਥੇਬੰਦੀ ਵਿੱਚ ਸੈਂਕੜੇ ਆਏ ਅਤੇ ਸੈਂਕੜੇ ਜਾਂਦੇ ਨੇ, ਪਰ ਜਿਹੜਾ ਤਲਵੰਡੀ ਸਾਹਿਬ ਦਾ ਬੇਟਾ ਸੀ ਇਹਨੇ ਐਡੀ ਬੜੀ ਕਿਰਤ ਘਣਤਾ ਕੀਤੀ ਹੈ, ਜਿਹੜੀ ਕਿ ਪਾਰਟੀ ਨਾਲ ਗਦਾਰੀ ਕਰਕੇ ਇਹਦੇ ਨਾਲ ਨਾਲ ਲੋਕਾਂ ਦੇ ਨਾਲ ਹਮੇਸ਼ਾ ਵਫਾਦਾਰੀ ਦਾ ਕੀ ਨਿਭਾਉਣੀ ਸੀ, ਲੋਕਾਂ ਨੂੰ ਠੱਗਿਆ, ਅਫਸਰਾਂ ਨੂੰ ਬਦਨਾਮ ਕੀਤਾ ਅਤੇ ਅਫਸਰਾਂ ਦਾ ਪੈਸੇ ਲੈ ਲੈ ਕੇ ਆਪਣੇ ਢਿੱਡ ਭਰੇ ਨੇ, ਅਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਜਿਹੜੇ ਕਿ ਪੰਥ ਦੀ ਰੀੜ੍ਹ ਦੀ ਹੱਡੀ ਨੇ, ਉਹਨਾਂ ਨੂੰ ਹਮੇਸ਼ਾ ਇਹਨੇ ਧੋਖਾ ਦਿੱਤਾ। ਜਿੰਨੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਕਰੀਮ ਹੈ ਜਿਹੜੀ ਖੰਨੇ 'ਚ ਹੈ, ਉਹਨਾਂ ਨੇ ਦਿਲੋਂ ਤਨ ਮਨ ਧਨ ਨਾਲ ਇਹਦੀ ਮਦਦ ਕੀਤੀ ਸੀ, ਪਰ ਹਰੇਕ ਨੂੰ ਇਹ ਗਦਾਰ ਕਹਿੰਦਾ ਰਿਹਾ, ਪਰ ਇਹ ਨਹੀਂ ਪਤਾ ਇਹ ਗਦਾਰਾਂ ਦਾ ਸਰਦਾਰ ਆਪ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਟਿੱਪੀ ਮਾਰ ਗਿਆ। ਕਿਉਂ? ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਹੈ, ਕਿਉਂਕਿ ਤਲਵੰਡੀ ਸਾਹਿਬ ਇੱਕ ਬਹੁਤ ਇਨਸਾਨ ਵਧੀਆ ਸੀ, ਜਿਨ੍ਹਾਂ ਨੇ ਕਿ ਪੰਥ ਲਈ ਅਤੇ ਟੌੜਾ ਸਾਹਿਬ ਉਹਨਾਂ ਨੇ ਪੰਥ ਜਿਵੇਂ ਮੈਂ ਉੱਜੜਾ ਮਨ ਚੌਕ ਹਨੇਰਾ, ਸੋ ਇਹ ਗੱਲ ਹੈ, ਹਮੇਸ਼ਾ ਇਹਨਾਂ ਨੇ ਪੰਥ ਲਈ ਜਿਉਂ ਨੇ ਟੌੜਾ ਸਾਹਿਬ ਵੀ ਸੰਤ ਚਰਨ ਸਿੰਘ ਲੌਂਗੋਵਾਲ ਬਹਾਦਰ ਸਾਹਿਬ ਉਹਨਾਂ ਨੇ ਪੰਥ ਲਈ ਜੇੜਾ ਕੱਟੀਆਂ ਸਭ ਕੁਝ ਕੀਤਾ, ਪਰ ਤਲਵੰਡੀ ਦੇ ਤਲਵੰਡੀ ਸਾਹਿਬ ਦੇ ਵੱਡੇ ਬੇਟੇ ਨੇ ਜੋ ਇਹ ਗਦਾਰੀ ਕੀਤੀ ਹੈ, ਇਹ ਸਾਰੇ ਪਰਿਵਾਰ ਵਾਸਤੇ ਘਨਾਉਣੀ ਗੱਲ ਗਈ ਹੈ। ਸਾਡੇ ਸਮੁੱਚੇ ਇਲਾਕੇ ਨੇ ਇਸ ਗੱਲ ਦੀ ਨਿੰਦਿਆ ਕੀਤੀ ਹੈ, ਪਰ ਇਹਦੇ ਨਾਲ ਨਾਲ ਤਲਵੰਡੀ ਸਾਹਿਬ ਦੇ ਪਰਿਵਾਰ ਨੂੰ ਉਹਨਾਂ ਨੂੰ ਤਾਂ ਇਸ ਕਰਕੇ ਥੋੜ੍ਹਾ ਦੁੱਖ ਹੋਇਆ, ਪਰ ਉਹਨਾਂ ਦਾ ਬੇਟਾ ਜਗਜੀਤ ਸਿੰਘ ਉਹ ਵੀ ਪੰਥ ਦੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਬਣ ਕੇ ਅੱਜ ਵੀ ਚਟਾਨ ਵਾਂਗ ਖੜ੍ਹਾ ਹੈ। ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ, ਕਿਉਂਕਿ ਉਹਨਾਂ ਨੇ ਗਦਾਰਾਂ ਦੇ ਨਾਲ ਨਹੀਂ ਖੜ੍ਹੇ, ਇਹ ਖੁਦ ਇਹ ਗਦਾਰ ਨੇ
जेडे कि इतों गए ने क्योंकि इन्होंने हमेशा काम भी गदारे किए ने। सो खालसा जी पंथ लई जीवन वास्ते पंथ लई मरण वास्ते जेडे बात श्रोमणी अकाली दल दे वर्कर ने जदों किते भी काम पिया ਉਹ ਉਵੇਂ ਖੜ੍ਹੇ ਨੇ ਅਤੇ ਖੜ੍ਹੇ ਰਹਿਣਗੇ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਦੇ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜਿਆ ਅਤੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਦੇਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਡੂ ਮੁੱਕ ਗਏ ਯਾਰ ਭੱਜ ਗਏ, ਪਰ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਜੋ ਕਿ ਇੱਕ ਸਮੁੰਦਰ ਪਾਰਟੀ ਹੈ ਜਿਸ ਦੇ ਵਿੱਚ ਇਹ ਖੂਨੀ ਮਗਰਮੱਛ ਫਿਰਦਾ ਸੀ, ਅੱਜ ਇਹ ਸ਼੍ਰੋਮਣੀ ਅਕਾਲੀ ਦਲ 'ਚੋਂ ਜੋ ਬੇਦਖਲ ਹੋ ਕੇ ਗਿਆ ਹੈ ਉਸ ਬਾਰੇ ਅਸੀਂ ਆਪ ਜੀ ਨੂੰ ਚਾਨਣਾ ਪਾਉਣਾ ਚਾਹੁੰਦੇ ਹਾਂ। ਇਸ ਮਗਰਮੱਛ ਖੂਨੀ ਮਗਰਮੱਛ ਨੇ ਕੀ ਖੰਨੇ ਦੇ ਵਿੱਚ ਚੰਨ ਚਾੜੇ। ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਪੂਰੀ ਵਰਕਰਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ, ਉਦੋਂ ਇਹ ਕੁਛ ਥੋੜ੍ਹੀਆਂ ਵੋਟਾਂ ਨਾਲ ਹਾਰਿਆ, ਪਰ ਇਹਨੇ ਸਾਡੇ ਜੋ ਆਗੂ ਬੈਠੇ ਸਰਦਾਰ ਯਾਦਵਿੰਦਰ ਸਿੰਘ ਯਾਦੋ ਜੀ, ਸਰਦਾਰ ਰਜਿੰਦਰ ਸਿੰਘ ਜੀ ਬੈਠੇ ਨੇ, ਇਹਨਾਂ 'ਤੇ ਇਹਨੇ ਪਰਚੇ ਨਾਲ ਧਮਕਾਉਣ ਦੀ ਇਹਨੇ ਪੂਰੀ ਕੋਸ਼ਿਸ਼ ਕੀਤੀ, ਪਰ ਇੱਥੇ ਹੀ ਬਸ ਨਹੀਂ। ਚਲੋ ਉਸ ਤੋਂ ਬਾਅਦ ਫਿਰ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ, ਅਸੀਂ ਪਾਰਟੀ ਦਾ ਹੁਕਮ ਮੰਨ ਕੇ ਇਹਦੀ ਮਦਦ ਕੀਤੀ। ਉਹਦੇ ਵਿੱਚ ਆਪ ਜੀ ਨੂੰ ਪਤਾ ਇਹਦਾ ਕੀ ਰਿਜ਼ਲਟ ਨਿਕਲਿਆ ਔਰ ਕੀ ਇਹਦਾ ਹਾਲਾਤ ਹੋਏ। ਉਸ ਤੋਂ ਬਾਅਦ ਇਹਨੇ ਕੀ ਕੀਤਾ, ਇੱਕ ਪ੍ਰੈਸ ਕਾਨਫਰੰਸ ਕਰਕੇ ਸਾਨੂੰ ਸਾਰੇ ਅਕਾਲੀ ਦਲ ਵਾਲਿਆਂ ਨੂੰ ਕਹਿਣ ਲੱਗ ਗਿਆ ਵੀ ਤੁਸੀਂ ਗੱਦਾਰ ਹੋ। ਅੱਜ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਸਾਰੇ ਸਾਹਮਣੇ ਆ ਚੁੱਕੀ ਹੈ ਵੀ ਗੱਦਾਰ ਕੌਣ ਹੈ। ਇਹਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਵੀ ਗੱਦਾਰ ਬੈਠੇ ਨੇ, ਔਰ ਉਹ 'ਚ ਮੇਰੇ 'ਤੇ ਵੀ ਇਲਜ਼ਾਮ ਇਹਨੇ ਬਹੁਤ ਵੱਡਾ ਲਾਇਆ। ਪਰ ਉਸ ਤੋਂ ਬਾਅਦ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ, ਮੈਂ ਇਹਨੂੰ ਇੱਕ ਗੱਲ ਕਹੀ ਜੇ ਅਸੀਂ ਤੇਰੇ ਨਾਲ ਗਦਾਰੀ ਕੀਤੀ ਹੈ ਤੂੰ ਇੱਦਾਂ ਕਰ ਮੰਜੀ ਸਾਹਿਬ ਆਪਣੇ ਮੁੰਡੇ ਦੀ ਫੋਟੋ ਦੇ ਸਿਰ 'ਤੇ ਹੱਥ ਰੱਖ ਕੇ ਕਹਿ ਦੇ ਵੀ ਮੇਰੇ ਨਾਲ ਤੁਸੀਂ ਗਦਾਰੀ ਕੀਤੀ ਹੈ, ਮੈਂ ਅਕਾਲੀ ਦਲ ਤੋਂ ਅਸਤੀਫਾ ਜਦੇ ਔਰ ਆਪਣੀ ਆਪਣੀ ਮਿਊਨਸੀਪਲ ਕਮੇਟੀ ਤੋਂ ਅਸਤੀਫਾ ਦਊਂਗਾ। ਪਰ ਇਸ ਸ਼ਖਸ ਨੇ ਅੱਜ ਤੱਕ ਨਾ ਤਾਂ ਮੰਜੀ ਸਾਹਿਬ ਮੁੜ ਕੇ ਗਿਆ, ਨਾ ਇਹਨੇ ਸਹੁੰ ਚੱਕੀ ਹੈ ਉਸ ਗੱਲ ਦਾ ਜਵਾਬ ਦੇਣ ਲਈ। ਅੱਜ ਵੀ ਮੇਰਾ ਔਨ ਰਿਕਾਰਡ ਉਹ ਗੱਲ ਪਈ ਹੈ। ਉਸ ਤੋਂ ਬਾਅਦ ਹਾਲਾਤ ਇਹੋ ਜਿਹੇ ਬਣ ਗਏ, ਇਹਨੇ ਖੰਨੇ ਦੇ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਵੀ ਖਤਮ ਕਰ ਦਈਏ। ਪਰ ਮੈਂ ਧੰਨਵਾਦ ਕਰਦਾ ਸਮੂਹ ਵਰਕਰ ਸਾਹਿਬਾਨ ਦਾ, ਸਮੂਹ ਆਗੂ ਸਾਹਿਬਾਨਾਂ ਦਾ, ਜਿਨ੍ਹਾਂ ਨੇ ਇਕਮੁੱਠ ਕਰਕੇ ਇਹਦੇ ਖਿਲਾਫ਼ ਆਵਾਜ਼ ਉਠਾਉਂਦੇ ਰਹੇ। ਸਰਦਾਰ ਸੁਖਬੀਰ ਸਿੰਘ ਜੋ ਕਿ ਸਾਡੇ ਪਾਰਟੀ ਪ੍ਰਧਾਨ ਹਨ, ਉਹਨਾਂ ਤੱਕ ਅਸੀਂ ਆਵਾਜ਼ ਪਹੁੰਚਾਉਂਦੇ ਰਹੇ। ਅੱਜ ਜਿਹੜੀ ਕਿ ਬਿੱਲੀ ਹੈ ਥੈਲਿਓ ਬਾਹਰ ਹੋ ਚੁੱਕੀ, ਅਸੀਂ ਇਸ ਗੱਲ ਦੀ ਖੁਸ਼ੀ ਮਨਾ ਰਹੇ, ਦੀਵਾਲੀ ਮਨਾ ਰਹੇ ਹਾਂ ਅੱਜ ਵੀ। ਅੱਜ ਇਹ ਅਕਾਲੀ ਦਲ ਤੋਂ ਜੋ ਇਹ ਸੁੱਖ ਹੋ ਕੇ ਗਿਆ, ਅਸੀਂ ਇਸ ਗੱਲ ਦੀ ਖੁਸ਼ੀ ਮਨਾ ਰਹੇ ਹਾਂ ਕਿਉਂਕਿ ਅੱਜ ਅਕਾਲੀ ਦਲ ਬਹੁਤ ਵੱਡੀ ਖੁਸ਼ੀ ਦੇ ਵਿੱਚ ਜ਼ਾਹਰ ਕਰ ਰਿਹਾ, ਕਿਉਂਕਿ ਇਹਨੇ ਗਦਾਰੀ ਕੀਤੀ ਪਾਰਟੀ ਦੇ ਵਿੱਚ, ਪਿੱਠ 'ਚ ਛੁਰਾ ਮਾਰਿਆ, ਸ਼ਾਮਲ ਹੋ ਢਿੰਡਸਾ ਗਰੁੱਪ 'ਚ ਸ਼ਾਮਲ ਹੋਇਆ, ਉਹਦੇ ਨਾਲ ਕਲੀਅਰ ਹੋ ਗਿਆ ਵੀ ਇਹ ਪਾਰਟੀ ਦਾ ਸਭ ਤੋਂ ਵੱਡਾ ਗਦਾਰ ਸੀ। ਦੇਖੋ ਜੀ, ਕਿਆਸਰਾਈਆਂ ਤਾਂ ਲਗਭਗ ਮੈਨੂੰ ਲੱਗਦਾ ਵੀ ਸਾਲ ਦੀਆਂ ਹੀ ਚੱਲਦੀਆਂ ਨੇ, ਸਾਰੇ ਚਰਚਾਵਾਂ ਚੱਲਦੀਆਂ ਨੇ ਇਲਾਕੇ 'ਚ ਵੀ, ਕਿਉਂਕਿ ਬੜੀ ਦੇਰ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀ ਲਾਉਣ ਨੂੰ ਫਿਰਦਾ ਸੀ ਬਹੁਤ ਦੇਰ ਤੋਂ, ਕਿਉਂਕਿ ਲੋਕਾਂ ਨੂੰ ਭਾਂਪ ਰਿਹਾ ਸੀ, ਲੋਕਾਂ ਨੂੰ ਫੋਨ ਕਰ ਕਰਕੇ ਪੁੱਛ ਰਿਹਾ ਸੀ ਵਰਕਰਾਂ ਨੂੰ ਵੀ ਮੈਂ ਜਾਣਾ, ਮੇਰੇ ਨਾਲ ਚੱਲੋ। ਪਰ ਅਸੀਂ ਧੰਨਵਾਦੀ ਹਾਂ ਸਾਰੇ ਪਾਰਟੀ ਵਰਕਰਾਂ ਦੇ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵਰਕਰ ਨੇ, ਖੰਨੇ ਹਲਕੇ ਦਾ ਇੱਕ ਵੀ ਵਰਕਰ ਸ਼੍ਰੋਮਣੀ ਅਕਾਲੀ ਦਲ ਦਾ ਇਹਦੇ ਨਾਲ ਨਹੀਂ ਗਿਆ। ਇਹ ਪਿਛਲੇ ਸਮੇਂ 'ਚ ਭਾਵੇਂ ਖੰਨੇ ਹਲਕੇ ਦੇ ਸਾਰੇ ਲੋਕਾਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਸਾਹਿਬਾਨ ਸੀ, ਲੀਡਰ ਸਾਹਿਬਾਨ ਸੀ, ਸਭ ਨੇ ਇਹਦੀ ਮਦਦ ਕੀਤੀ। ਪਰ ਹਰ ਵਾਰ ਲੋਕਾਂ ਨੂੰ ਇਹ ਬੋਲਦਾ ਵੀ ਮਾੜਾ ਸੀ, ਮਾੜੀ ਭਾਸ਼ਾ ਵੀ ਮਾੜੀ ਵਰਤਦਾ ਸੀ, ਗਦਾਰ ਤੱਕ ਲੋਕਾਂ ਨੂੰ ਦੱਸਦਾ ਸੀ, ਕੰਮ ਲੈ ਕੇ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਸੀ। ਅੱਜ ਇਹਨੂੰ ਪੁੱਛੋ, ਤੁਸੀਂ ਪ੍ਰੈਸ ਵਾਲੇ ਵੀਰ ਬੈਠੇ ਹੋ, ਇਹਨੂੰ ਪੁੱਛੋ ਹੁਣ ਪਾਰਟੀ ਨਾਲ ਗਦਾਰੀ ਕਿਹਨੇ ਕੀਤੀ ਹੈ, ਪਾਰਟੀ ਦੀ ਪਿੱਠ 'ਚ ਛੁਰਾ ਕਿਹਨੇ ਮਾਰਿਆ। ਬਹੁਤ ਦੇਰ ਦਾ ਇਹ ਕਹਿੰਦੇ ਨੇ ਨਾਲ ਦੂਜੀਆਂ ਪਾਰਟੀਆਂ ਦੇ ਨਾਲ ਸੰਪਰਕ ਕਰ ਕਰਕੇ, ਪਹਿਲਾਂ ਵੀ ਇਹ ਪਿਛਲੀ ਵਾਰ ਵੀ ਇਹਦੀ ਆਵਾਜ਼ ਚੱਲੀ ਸੀ, ਕਦੇ ਕਿਸੇ ਪਾਰਟੀ ਨਾਲ ਗੱਲ ਕਰਦੇ ਕਿਸੇ, ਕਿਉਂਕਿ ਇਹ ਮਤਲਬੀ ਲੋਕ ਨੇ, ਮੌਕਾ ਪ੍ਰਸਤ ਲੋਕ ਨੇ, ਜਿਹੜੇ ਸਮਾਂ ਪੈਣ 'ਤੇ ਜਦੋਂ ਕਦੇ ਔਖ ਸੌਖ ਪਾਰਟੀ 'ਤੇ ਆਉਂਦੀ ਹੈ, ਕਦੋਂ ਵੀ ਛੱਡ ਕੇ ਮਤਲਬ ਭੱਜ ਸਕਦੇ ਆ। ਪਹਿਲਾਂ ਵੀ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਬੜੀਆਂ ਮਤਲਬ ਆਨੰਦ ਮਾਣੇ ਪਾਰਟੀ ਦੇ, ਬੜੇ ਮਤਲਬ ਪਾਵਰ ਲੈ ਕੇ ਪੂਰੇ ਲੰਬੇ ਸਮੇਂ ਤੋਂ। 4 ਵਾਰ ਪਾਰਟੀ ਨੇ ਮਾਣ ਸਨਮਾਨ ਨਹੀਂ ਦਿੱਤਾ, 4 ਵਾਰ ਟਿਕਟ ਦਿੱਤੀ ਹੈ, 4 'ਚੋਂ 3 ਵਾਰ ਹਾਰ ਗਿਆ, 1 ਵਾਰ ਜਿੱਤਿਆ। ਰਾਏਕੋਟ ਦੇ ਲੋਕਾਂ ਨੇ ਬੜਾ ਮਾਣ ਦਿੱਤਾ, ਪਰ ਉਹ ਲੋਕ ਵੀ ਤੁਸੀਂ ਪਿੱਛੇ ਜਾ ਕੇ ਦੇਖੋ ਜੋ ਹਸ਼ਰ ਖੰਨੇ ਦੇ ਲੋਕਾਂ ਨਾਲ ਕੀਤਾ, ਖੰਨੇ ਦੇ ਲੋਕਾਂ 'ਤੇ, ਵਰਕਰਾਂ 'ਤੇ ਜੋ ਝੂਠੇ ਪਰਚੇ ਕਰਾਏ, ਲੋਕਾਂ ਨਾਲ ਪੈਸੇ ਲੈ ਕੇ ਟਿਕਟਾਂ ਦਿੱਤੀਆਂ, ਮਤਲਬ ਇਹ ਸਰਪੰਚੀ ਦੀਆਂ, MC ਦੀਆਂ। ਇੱਕ ਸਾਡੀਆਂ ਮਜਬੂਰੀਆਂ ਇਹ ਹੋ ਜਾਂਦੀਆਂ, ਪ੍ਰੈਸ ਵਾਲੇ ਵੀਰ ਕਈ ਵਾਰ ਸਵਾਲ ਕਰਦੇ ਆ ਵੀ ਤੁਸੀਂ ਪਹਿਲਾਂ ਨਹੀਂ ਕਿਹਾ, ਤੁਸੀਂ ਪਹਿਲਾਂ ਨਹੀਂ ਦੱਸਿਆ। ਉਸ ਸਮੇਂ ਪਾਰਟੀ 'ਚ ਰਹਿ ਕੇ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਪਾਰਟੀ ਵਰਕਰ ਨੂੰ, ਕੋਈ ਵੀ ਚਾਹੇ ਛੋਟਾ ਵਰਕਰ ਹੋਵੇ, ਵੱਡਾ ਹੋਵੇ, ਲੀਡਰ ਹੋਵੇ, ਉਹਨੂੰ ਮਤਲਬ ਮੁਸ਼ਕਿਲ ਹੋ ਜਾਂਦੀ ਹੈ। ਪਾਰਟੀ ਦੇ ਕੋਈ ਰੂਲ ਨੇ, ਕੋਈ ਵਿਧਾਨ ਹੁੰਦਾ, ਸੰਵਿਧਾਨ ਹੁੰਦਾ ਪਾਰਟੀ ਦਾ। ਇਸ ਲਈ ਉਹ ਗੱਲਾਂ ਹੁਣ ਜੋ ਤੁਹਾਨੂੰ ਸਪਸ਼ਟ ਕਰਨੀਆਂ, ਕਿਉਂਕਿ ਹੁਣ ਬੜੀਆਂ ਗੱਲਾਂ ਇਹ ਪਾਰਟੀ ਦੇ ਖਿਲਾਫ਼ ਬੋਲ ਰਿਹਾ, ਪਾਰਟੀ ਪ੍ਰਧਾਨ ਸਾਹਿਬ ਦੇ ਬਾਰੇ ਵੱਧ ਘੱਟ ਬੋਲ ਰਿਹਾ, ਇਹ ਆਪਦੀ ਮੰਜੀ ਹੇਠਾਂ ਸੋਟਾ ਫੇਰੇ।
कि इन्हें किया असी सारे आ लोग जिन्हें भी साढ़े वर्कर साहबान लीडर साहबान बैठे ने जथेदार दविंदर सिंह जी खटरा बैठे ने सरिंदर रजिंदर सिंह जी जीत बैठे ने परमजीत सिंह बॉबी बैठे ने पम्मी भीर जी बैठे ने भाटिया साहब सुखदेव सिंह जिन्हें भी इतने पांच सरपंच कौंसलर साहबान जिन्हें खन्ने रहे हैं सारे परेशान करके रखे जो वोटा आदि से ब्याह जन्ना चौ चढ़ना होंगे क्योंकि वोटा आदियां पैसे बनता हो जाता से हूँ जिन्हें भी वर्कर सीटा मंगण के उन्होंने चार चार दस दस लख रुपया उन्होंने तो सीटा बदले मंगया जाऊगा तो नाल ही सरपंची वेले होया भी आ तुसी सारे गवाह हो भावें कोई बोले भावें ना बोले असी तुहानू गल स्पष्ट कर देनी चाहुंदे आ कि इन्हें पांच साल खन्ने जदों पावर च रहा नाले तो अफसर तो थलड़े पटवारी तो लैके उत्ते तहसीलदार एस डी एम तुसी एस डी एम सोढ़ी इत्थे रहा उन्हूं पुछ लो तुसी हुण फोन ला के गल कर लो कि कुछ इत्थे हुंदा रहा बहुत सारिया इहोजियां मतलब इहोजे बहुत इहोजे टाइम भी आया इहोजा कि लोगों के इहोजे विच लोग भी सी टामे टामे जिहड़े मतलब लोगों नूं परेशान करदे ने कि कड़ा इह केस आया उहदी विचारे की कोई बठिंडे दे कोई लोग सी उन्होंने उहदी जाली रजिस्ट्री करा ली रजिस्ट्री करा के उन्होंने मैं बुला के कहना थोड़ा सौदा करा दिना वो उन्होंने अपनी न्याय रजिस्ट्री कराई हुई इतने भादले केस दोवें पार्टियां तो उन्होंने पैसे लैके यहोजे गल्लां लोगों ने कीतियां वर्करां नूं लुटिया भी तो कुटिया भी असी मैं लगता लगभग सारे शिकार होवांगे सारियां ते किसी ते 302 दा परचा झूठा किसी ते 307 दा परचा किसी ते कोई परचा मैं लगता भी शायद ही खन्ने का कोई वर्कर बचा हो जिते इन्हें परचा ना कराया हो इहदी आदत है फितरत हुंदी है असी रिकॉर्ड करते हैं सरदार जगदेव सिंह जी तलवंडी का बहुत सत्कारयोग ने श्रोमणी अकाली दल के बड़े पार्टी प्रधान भी रहे ने एस जी पी सी के प्रधान भी रहे ने वो साढ़े बड़े सत्कारयोग ने उन्होंने ये पैर वर्गा भी नहीं क्योंकि एक परिवार का नाँ जुड़िया हुंदा परिवार करके बंदे नूं जाणिया जांदा कि फलाने परिवार का मुंडा असी सारा पंजाब उन्हों का सत्कार करता सरदार जगदेव सिंह जी तलवंडी का पर उन्होंने पैर वर्गा भी नहीं लूह वर्गा भी नहीं कुछ वो कहते हैं भी असल असली हों फोटो कापी होंदिया ने बड़ी कोशिश की लोगों दबके मारन की लोगों बड़िया बड़िया गल्लां सुनाउण दी ये कर देंगे वो कर देंगे पर बड़ा लोगों नूं तुसीं रैकोर्ड जाके पता कर लो बड़ा बड़े लंबे समय तो उत्थे भी पहला रह के आया उत्थे भी लोगों के परचे कराए झूठे परचे लोगों के कराए उन्होंने लुटिया कुटिया अफसरों तो जब पावर च रह के उन्होंने पैसे क्योंकि पार्टी दी भी मजबूरियां होंदियां क्योंकि एक इंचार्ज लाया जाता जां एमएलए हुंदा मौके दा पार्टी वो हल्का उन्होंने हवाले कर देंदी है पर जो हेठले लैवल ते इन्होंने देखना हुंदा कि असी पार्टी नूं जिउंदी रखना कि पार्टी नूं मारना इन्होंने कोई कसर नहीं छड़ी भावें वर्करां लुट्टण दा होवे भावें अफसरां लुट्टण दा होवे पूरा दब के लुट्टिया कुट्टिया ये सारा खन्ना गवाह है मैं कल्ला नहीं कहिंदा आ लीडर साहिबान बैठे ने वर्कर साहिबान बैठे ने खन्ने च फिर के तुसीं पुछ लो जिहनूं मर्जी पुछ लो जाके भी किहो जिहा हाँ असीं कहिंदे आ भी खन्ने दे लोकां ने शुकर कीता सुख दा साह लिया कि साढ़े चों इह गिआ पार्टी सिखाली होई हुण वधिया इत्थे पार्टी दा प्लेटफॉर्म वधिया तैयार कीता जाऊगा पार्टी वर्करां नूं जोड़ के वधिया पार्टी नूं वधिया तरीके नाल चलाया जाऊ सारे एकजुट हो के आने वाली इलैक्शन भी लड़ांगे जो चाहे म्युनसिपैलिटियां ने चाहे विधानसभा दीआं ने भावें एम पी दीआं जिन्नियां भी इलैक्शन पार्टी नूं इत्थों चंगा माण दे के तोरांगे इन्ना कि सानूं असीं विश्वास जताउने आ ते नाल इक गल इह भी कहनी चाहुंदे आ कि कोई किसे गल्लों पार्टी नूं घबराउण दी लोड़ नहीं क्योंकि असीं धनवादी उहनां वीरां दे भी आ जिहड़े इहदे नाल बड़े लंबे समें तों दी मदद भी करदे रहे उहनां नूं भी इहने फोन ला ला के नाल जाण लई प्रेरिया पर सारिआं दे असीं धनवादी आ सारे वर्कर जिन्हें भी सी सारे खन्ने वाले कहिंदे वी असीं इक भी बंदे ने ਇਹਦੇ ਨਾਲ ਖੰਨਾ ਖੰਨੇ 'ਚੋਂ ਅਸੀਂ ਛੱਡ ਕੇ ਨਹੀਂ ਜਾਣਾ ਅਸੀਂ ਪਾਰਟੀ ਨਾਲ ਚਟਾਨ ਵਾਂਗੂ ਖੜ੍ਹੇ ਹਾਂ ਸਾਰੇ ਵਰਕਰ ਸਾਹਿਬਾਨ ਖੜ੍ਹੇ ਨੇ ਸਾਰੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਖੰਨੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਨੇ ਅਤੇ ਅੱਗੇ ਤੋਂ ਖੜ੍ਹੇ ਰਹਿਣਗੇ ਜਦੋਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਗਏ ਦੋ ਵੱਡੀਆਂ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੁਸੀਂ ਦੇਖ ਲਓ ਪਿਛਲੇ ਸਮੇਂ 'ਚ ਮਤਲਬ ਲਗਭਗ 18 ਬਣੀਆਂ ਹੋਣਗੀਆਂ ਬਣ ਗਈਆਂ ਖਤਮ ਹੋ ਗਈਆਂ ਇਹ ਤੋਂ ਪਹਿਲਾਂ ਆਹ ਦੇਖ ਲਓ ਮਨਪ੍ਰੀਤ ਬਾਦਲ ਨੇ ਪਾਰਟੀ ਪੀ ਪੀ ਬਣਾਈ ਆਮ ਆਦਮੀ ਦਾ ਕੀ ਹਾਲ ਹੋਇਆ ਬੜੀਆਂ ਪਾਰਟੀਆਂ ਪੰਜਾਬ 'ਚ ਬੜੀਆਂ ਬਣੀਆਂ ਚਲੀਆਂ ਗਈਆਂ ਇਹ ਸਬਜ਼ ਬਾਗ ਦਿਖਾਉਂਦੇ ਹੁੰਦੇ ਨੇ ਬੜੀਆਂ ਪਾਰਟੀਆਂ ਬਣਾਉਂਦੇ ਨੇ ਪਰ ਹਸ਼ਰ ਉਹੀ ਹੋਣਾ ਪਾਰਟੀਆਂ ਦੋ ਹੀ ਰਹਿਣੀਆਂ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਇਹਨਾਂ ਦਾ ਹੀ ਮੁਕਾਬਲਾ ਹੋਣਾ ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਸਾਰਾ ਪਤਾ ਲੱਗ ਜੂ ਸ਼੍ਰੋਮਣੀ ਅਕਾਲੀ ਦਲ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨੀ ਹੈ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਬਣਾਉਣੀ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਪੰਜਾਬ ਦਾ ਬਣ ਜਾਣਾ ਇਹ ਚਾਹੇ ਜ਼ੋਰ ਲਾ ਲੈਣ ਲੱਖ ਅੜਕੇ ਲਾਉਣ ਕਿਉਂਕਿ ਇਹ ਲੋਕ ਜਦ ਕਹਿੰਦੇ ਨੇ ਹੱਥ ਨਾਲ ਆਪਣੇ ਥੂ ਕੌੜੀ ਜਦ ਇਹਨਾਂ ਦਾ ਆਪ ਦਾ ਬਸ ਨਹੀਂ ਚੱਲਦਾ ਨਾ ਇਹ ਬਹੁਤ ਅਵਾ ਤਵਾ ਬੋਲਦੇ ਨੇ ਘਬਰਾਏ ਹੋਏ ਨੇ ਬਹੁਤ ਕੁਛ ਬੋਲਦੇ ਨੇ ਮਾੜੇ ਚੰਗੇ ਲਾਂਛਣ ਲਾਉਂਦੇ ਨੇ ਬਹੁਤ ਸਾਰਾ ਮਤਲਬ ਉਹਨਾਂ 'ਤੇ ਆਰੋਪ ਲਾਉਂਦੇ ਨੇ ਪਰ ਬੜੇ ਮੈਂ ਕਹੂੰਗਾ ਵੀ ਬੜਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਰਮੌਰ ਜਥੇਬੰਦੀ ਹੈ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੜਾ ਅਦਬ ਸਤਿਕਾਰ ਕਿਉਂਕਿ ਸਾਰੇ ਸਿੱਖ ਕੌਮ ਦੀ ਅਗਵਾਈ ਕਰਦੇ ਨੇ
ਬੜੇ ਨਾ ਇਹ ਰੋਪ ਲਾਉਂਦੇ ਨੇ ਪਰ ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਸਾਰੇ ਵਿਚਰਦੇ ਹਾਂ ਜਾ ਕੇ ਉਹਨਾਂ ਕੋਲ ਜਾਂਦੇ ਹਾਂ ਹਰ ਟਾਈਮ ਸਾਨੂੰ ਦੂਏ ਤੀਏ ਦਿਨ ਕਿਉਂਕਿ ਸਮੁੱਚਾ ਪੰਜਾਬ ਸਾਰੇ ਵਰਕਰ ਸਾਹਿਬਾਨ ਵਿਚਰਦੇ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਜਿੰਨਾ ਸਤਿਕਾਰ ਬਾਦਲ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਹੈ ਜਾਂ ਗੁਰਦੁਆਰਾ ਸਾਹਿਬਾਨਾਂ ਜਿੰਨਾ ਉਹ ਸਤਿਕਾਰ ਕਰਦੇ ਨੇ ਇਹ ਲੋਕ ਲੱਖ ਆਖੀ ਜਾਣ ਕੋਈ ਢੀਂਡ ਸਾਹਿਬ ਬੋਲੀ ਜਾਵੇ ਚਾਹੇ ਇਹ ਤਲਵੰਡੀ ਬੋਲੀ ਜਾਵੇ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਮਰਜ਼ੀ ਕਰੇ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਨੇ ਕਿਉਂਕਿ ਗਰੀਬਾਂ ਦੇ ਕਿਸਾਨਾਂ ਦੇ ਹੱਕਾਂ 'ਚ ਜੇ ਕੋਈ ਪਾਰਟੀ ਖੜੀ ਆ ਜਾਂ ਪਾਰਟੀ ਪ੍ਰਧਾਨ ਖੜਿਆ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਖੜਿਆ ਅੱਜ ਤੱਕ ਗਰੀਬਾਂ ਦੀ ਕਿਸਾਨਾਂ ਦੀ ਕਿਸੇ ਨੇ ਬਾਂਹ ਫੜੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਆ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬੈਠਕ ਵੀ ਰੱਖੀ ਗਈ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਖੰਨੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਜਿਹੜੇ ਪੰਥਕ ਵਰਕਰ ਸੀਗੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸ਼ਹਿਰ ਦੇ ਵਿੱਚ ਵੀ ਜੜ੍ਹਾਂ ਲਾਈਆਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਤੱਕ ਜੇਲ੍ਹਾਂ ਭਰ ਕੇ ਸੰਘਰਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾ ਕੇ ਰੱਖਿਆ ਉਹ ਲੋਕਾਂ ਨੂੰ ਜਿਹੜੀ 9 ਸਾਲ ਪਹਿਲਾਂ ਤਲਵੰਡੀ ਰੂਪੀ ਜਿਹੜਾ ਤਲਵੰਡੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਉਰੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਲਵੰਡੀ ਵੱਲੋਂ ਉਹ ਤੋਂ ਅੱਜ ਆਜ਼ਾਦੀ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅੱਜ ਵੀ ਇੰਨਾ ਮਜ਼ਬੂਤ ਆ ਵੀ ਉਹ ਤਲਵੰਡੀ ਕੀ ਤਲਵੰਡੀ ਵਰਗੇ ਚਾਹੇ ਜਿੰਨੇ ਮਰਜ਼ੀ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੁਰਾ ਮਾਰ ਦੇਣ ਤਾਂ ਅਕਾਲੀ ਦਲ ਹਮੇਸ਼ਾ ਹੀ ਉਰੇ ਚੜ੍ਹਦੀ ਕਲਾ 'ਚ ਰਹੂਗਾ ਅਕਾਲੀ ਦਲ ਦੇ ਜਿਹੜੇ ਨੁਕਸਾਨ ਇਹਨੇ ਪਿਛਲੇ 9 ਸਾਲ ਦੇ ਵਿੱਚ ਖੰਨੇ ਦੇ ਵਿੱਚ ਕੀਤੇ ਨੇ ਉਹਨਾਂ ਦੀ ਪੂਰਤੀ ਕਰਨ ਲਈ ਸਾਡੀ ਟੀਮ ਹਮੇਸ਼ਾ ਹੀ ਤਰਪਰ ਰਹੀ ਹੈ ਇਸ ਦੀ ਕੋਈ ਵੀ ਇਹੋ ਜਿਹਾ ਇਹਦਾ ਕੰਮ ਨਹੀਂ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜੁੜ ਕੇ ਰਹੇ ਇਹਨੇ ਸ਼੍ਰੋਮਣੀ ਅਕਾਲੀ ਜਦ ਬਣ ਕੇ ਉਰੇ 9 ਸਾਲ ਪਹਿਲਾਂ ਉਰੇ ਆਇਆ ਹੀ ਆ ਇਹਨੇ ਆਉਂਦੀ ਸਾਰ ਸਾਡੇ ਵਾਰਡਾਂ ਦੇ ਵਿੱਚ ਜੋ ਸਾਡੇ ਖਿਲਾਫ ਕਾਂਗਰਸੀ ਸੀ ਉਹਨਾਂ ਨੂੰ ਪ੍ਰੇਰਨਾ ਸ਼ੁਰੂ ਕਰ ਲਿਆ ਉਹਨਾਂ ਨੂੰ ਨਾਲ ਲੈ ਕੇ ਸਾਡੇ 'ਤੇ ਪਰਚੇ ਦਵਾਉਣੇ ਸ਼ੁਰੂ ਕਰ ਦਿੱਤੇ ਅਤੇ ਨੰਬਰ 2 ਇਹਦੀਆਂ ਹਮੇਸ਼ਾ ਹੀ ਡਿਮਾਂਡਾਂ ਪੂਰੀਆਂ ਕਰਦੀਏ ਅਕਾਲੀ ਦਲ ਦੇ ਵਰਕਰ ਥੱਕ ਗਏ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਐਡੇ ਅਮੀਰ ਪਾਰਟੀ ਨਹੀਂ ਹੈ ਸਾਡੀ ਪਾਰਟੀ ਹੈ ਜਿਹੜੀ ਸਾਡੇ ਬਹੁਤ ਗਰੀਬ ਲੋਕ ਮਜ਼ਦੂਰ ਲੋਕ ਸਾਡੀ ਪਾਰਟੀ ਦੇ ਵਿੱਚ ਇਕੱਠੇ ਹੋਏ ਨੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਬਣਾਇਆ ਇਹਨੇ ਪਰਚਿਆਂ ਦਾ ਵੀ ਹੀਲਾ ਵਰਤਿਆ ਇਹਨੇ ਪੈਸੇ ਦਾ ਵੀ ਹੀਲਾ ਵਰਤਿਆ ਜਿਹੜੇ ਬੰਦਿਆਂ ਕੋਲ ਪੈਸੇ ਸੀ ਉਹਨਾਂ ਨੂੰ ਮੂਹਰੇ ਲਾ ਕੇ ਇਹਨੇ ਜਿਹੜੇ ਟਕਸਾਲੀ ਅਕਾਲੀ ਸੀ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਆ ਪਿਛਲੇ 9 ਸਾਲ ਦੇ ਵਿੱਚ ਕੀ ਕਾਰਨ ਰਿਹਾ ਵੀ ਅਕਾਲੀ ਦਲ ਨੇ ਇਹਨਾਂ ਨੂੰ ਸਾਈਡ ਤੇ ਕਿਉਂ ਕੀਤਾ ਅਕਾਲੀ ਦਲ ਦੀ ਮਜਬੂਰੀ ਸੀ ਅਕਾਲੀ ਦਲ ਇਸ ਨੂੰ ਅਸੀਂ 9 ਸਾਲ ਦੇ ਹੀ ਜਦ ਇਹ ਆਇਆ ਸਾਡੀ ਸਾਲ ਕੁ ਬਾਅਦ ਇਹਦੇ ਨਾਲ ਟਾਈ ਪੈ ਗਈ ਸਰਦਾਰ ਦਵਿੰਦਰ ਸਿੰਘ ਖੱਟਾ ਬੈਠੇ ਨੇ ਇਹ ਮੰਡੀਆਂ ਦੇ ਵਿੱਚ ਠੇਕੇਦਾਰੀ ਦਾ ਕੰਮ ਵੀ ਕਰਦੇ ਨੇ ਜਿਹੜੇ ਕਣਕ ਦੀ ਟੋਆ ਢੁਆਈ ਦੀ ਹੈ ਸਾਰਿਆਂ ਨਾਲੋਂ ਪਹਿਲਾਂ ਇਹਨਾਂ ਦੇ ਬਿਜ਼ਨਸ ਨੂੰ ਪਿਆ ਇਹ ਉਹ ਬਿਜ਼ਨਸ ਇਹਨੇ ਲੈ ਕੇ ਵਿੱਚੋਂ ਲੱਖਾਂ ਰੁਪਈਆ ਰਿਸ਼ਵਤ ਲੈ ਕੇ ਇਹਨਾਂ ਨੂੰ ਇਹ ਦਿੱਤਾ ਅਤੇ ਹੋਰ ਵੀ ਜਿੰਨੇ ਅਕਾਲੀ ਦਲ ਦੇ ਲੋਕਾਂ ਦੇ ਕਾਰੋਬਾਰ ਸੀ ਉਹਦੇ ਵਿੱਚ ਉਹਦੇ ਉੱਤੇ ਨਿਗਾਹ ਰੱਖਣੀ ਸ਼ੁਰੂ ਕਰਤੀ ਅਸੀਂ ਹਰੇਕ ਟਾਈਮ ਜਾ ਕੇ ਹਾਈ ਕਮਾਂਡ ਨੂੰ ਇਹ ਗੱਲਾਂ ਸਾਰੀਆਂ ਦੱਸਦੇ ਰਹੇ ਹਾਂ ਹਾਈ ਕਮਾਂਡ ਦੀ ਮਜਬੂਰੀ ਸੀ ਹਾਈ ਕਮਾਂਡ ਤਾਂ ਇੱਕ ਇਹਨੂੰ ਸਹਿਣ ਕਰ ਰਿਹਾ ਸੀਗਾ ਵੱਡੇ ਪਰਿਵਾਰ ਹੋਣ ਕਰਕੇ ਸਰਦਾਰ ਜਗਦੇਵ ਸਿੰਘ ਤਲਵੰਡੀ ਲੋਹ ਪੁਰਸ਼ ਮੈਂ ਉਹਨਾਂ ਦੀ ਅੱਜ ਵੀ ਤਾਰੀਫ ਕਰਦਾ ਉਹਨਾਂ ਨੇ ਇੰਨਾ ਚਿਰ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਰਹੇ ਉਹਨਾਂ 'ਤੇ ਅੱਜ ਤੱਕ ਕਦੇ ਪੈਸੇ ਦਾ ਇਲਜ਼ਾਮ ਨਹੀਂ ਲੱਗਿਆ ਇਸ ਬੰਦੇ ਨੇ ਉਸ ਭੱਦਰ ਪੁਰਸ਼ ਦੀ ਉਸ ਇੰਨੀ ਸਤਿਕਾਰਯੋਗ ਸ਼ਖਸੀਅਤ ਨੂੰ ਵੀ ਦਾਗੀ ਕੀਤਾ ਉਹਦਾ ਮੁੱਲ ਇਹਨੇ 9 ਸਾਲ ਉਰੇ ਖੰਨੇ ਦੇ ਵਿੱਚ ਪੂਰਾ ਵੱਟਿਆ ਸਰਦਾਰ ਜਗਦੇਵ ਸਿੰਘ ਤਲਵੰਡੀ ਜਿਸ ਦਿਨ ਇਹਨੂੰ ਟਿਕਟ ਮਿਲੀ ਆ ਦਫ਼ਤਰ ਦਾ ਉਦਘਾਟਨ ਹੋਇਆ ਉਹਨੇ ਸਾਨੂੰ ਬਿਠਾ ਕੇ ਗੋਦੀ 'ਚ ਲੈ ਕੇ ਪੁੱਤਰੋ ਮੈਂ ਆਪਣਾ ਪੁੱਤਰ ਤੁਹਾਡੇ ਕੋਲ ਛੱਡ ਕੇ ਚੱਲਿਆ ਮੇਰੀ ਜਿਹੜੀ ਕੁਰਬਾਨੀ ਆ ਇਹਦਾ ਤੁਸੀਂ ਮੁੱਲ ਮੋੜ ਦਿਓ ਮੈਂ ਸਾਰੇ ਚਾਹੇ ਮੇਰੇ ਕੋਈ ਵਿਰੋਧੀ ਆ ਚਾਹੇ ਕੋਈ ਮੇਰੇ ਨਾਲ ਆ ਮੈਂ ਸਾਰੇ ਅਕਾਲੀ ਵਰਕਰਾਂ ਦੀ ਇੱਥੇ ਉਹ ਪਿੱਠ ਥਾਪਰਦਾ ਵੀ ਇਹਦੀ ਪਹਿਲੀ ਇਲੈਕਸ਼ਨ ਦੇ ਵਿੱਚ ਹਰੇਕ ਨੇ ਜਿੰਨਾ ਉਹਦੇ ਕੋਲ ਜ਼ੋਰ ਸੀਗਾ ਜਿੰਨਾ ਉਹ ਕੋਈ ਕੰਮ ਕਰ ਸਕਦਾ ਸੀ ਇਹਦੀ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਇਹਨੂੰ ਫੰਡ ਦਿੱਤਾ ਇਹਨੂੰ ਸਾਰਾ ਕੁਝ ਕੀਤਾ ਇਹਨੇ ਹਾਰ ਦੀ ਸਾਰ ਇਲਜ਼ਾਮ ਦੂਜਿਆਂ ਦੇ ਸਿੱਟਣੇ ਸ਼ੁਰੂ ਕਰ ਦਿੱਤੇ ਉਹ ਤੋਂ ਬਾਅਦ ਦੂਜੀ ਇਲੈਕਸ਼ਨ ਦੇ ਵਿੱਚ ਉਹ ਤੋਂ ਪਹਿਲਾਂ ਸਾਡੇ ਮੇਰੇ ਤੋਂ ਪਹਿਲਾਂ ਕਾਂਗਰਸੀਆਂ ਨਾਲ ਰਲ ਕੇ ਜਿਹੜੇ ਮੇਰੇ ਕਾਂਗਰਸੀ ਵਿਰੋਧੀ ਨੇ ਸਾਰਾ ਦਿਨ ਇਹਦੇ ਦਫ਼ਤਰ ਬੈਠੇ ਰਹਿੰਦੇ ਸੀ ਹੁਣ ਤੱਕ ਉਹਨਾਂ ਨਾਲ ਰਲ ਕੇ ਮੇਰੇ 'ਤੇ ਪਰਚਾ ਕਰਾਇਆ ਯਾਦਵਿੰਦਰ ਜਾਦੂ 'ਤੇ ਪਰਚਾ ਕਰਾਇਆ ਹਰੇਕ ਬੰਦੇ ਦੇ ਜਿੰਨੇ ਪੁਰਾਣੇ ਅਕਾਲੀ ਨੇ ਸਾਰਿਆਂ 'ਤੇ ਦਰਖਾਸਤਾਂ ਦਵਾ ਕੇ ਸਾਰਿਆਂ 'ਤੇ ਪਰਚੇ ਦਵਾਏ ਫਿਰ ਉਹਨਾਂ ਤੋਂ ਮੋਟੇ ਜਿਹੜੇ ਉਰੇ ਅਫਸਰਾਂ ਦੀ ਟੀਮ ਲੈ ਕੇ ਆਇਆ ਸੀ ਆਪਣੀ ਲਟੇਰਿਆਂ ਦੀ ਮੈਂ ਤਾਂ ਲਟੇਰਿਆਂ ਦੀ ਟੀਮ ਕਹੂੰਗਾ ਉਹਨਾਂ ਨੂੰ ਮੂਹਰੇ ਲਾ ਕੇ ਹਰੇਕ ਤੋਂ ਪੈਸੇ ਲਏ ਸਾਡਾ ਇੱਕ ਹਰਵੀਰ ਸਿੰਘ ਖਾਲਸਾ ਭੱਟੀਆਂ ਦਾ ਵਰਕਰ ਆ ਇਹਦੀ ਚੋਣ ਦੇ ਵਿੱਚ ਉਹਦੇ 'ਤੇ ਸ਼ਰਾਬ ਦਾ ਪਰਚਾ ਹੋ ਗਿਆ ਉਹਦੇ ਤੋਂ ਵੀ 40,000 ਰੁਪਇਆ ਲਿਆ ਨੇ ਮੇਰੀ ਲੜਾਈ ਉਹਦੇ ਪਿੱਛੇ ਹੋਈ ਵੀ ਇਹਦੇ ਪੈਸੇ ਮੋੜ DSP ਕਹਿੰਦਾ ਵੀ ਪੈਸੇ ਤਲਵੰਡੀ ਸਾਹਿਬ ਕੋਲ ਨੇ ਇਹਦੇ ਮੂੰਹ 'ਤੇ ਕਿਹਾ ਉਹਨੇ ਮੈਨੂੰ ਉਦੋਂ ਬਾਅਦ ਮੈਂ ਇਹਦੇ ਘਰ ਨਹੀਂ ਗਿਆ ਫਿਰ ਉਹਨੂੰ ਵੀ ਪੁਲਿਸ ਤੋਂ ਤੰਗ ਕਰਾਉਣਾ ਸ਼ੁਰੂ ਕਰ ਦਿੱਤਾ ਫਿਰ ਸਾਡੀ ਲੜਾਈ ਸ਼ੁਰੂ ਹੋਈ ਇਹਦੇ ਨਾਲ ਉਸ ਰੰਜਿਸ਼ ਦੇ ਵਿੱਚ ਮੇਰੇ 'ਤੇ ਪਰਚਾ ਕਰਾਇਆ ਇਸ ਬੰਦੇ ਨੇ ਇੱਕ ਵਾਰ ਵੀ ਅਕਾਲੀ ਦਲ ਬਾਰੇ ਨਹੀਂ ਸੋਚਿਆ
ਹੁਣ ਮੈਂ ਹਜੇ ਇਹਦੀ ਸੁਣ ਰਿਹਾ ਸੀ ਉਹ 'ਚ ਢੀਂਡਸਾ ਸਾਹਿਬ ਨੂੰ ਕਹਿੰਦਾ ਸੀ ਵੀ ਤੁਸੀਂ ਸਹੁੰ ਖਾਓ ਗੁਰੂ ਗ੍ਰੰਥ ਸਾਹਿਬ ਦੀ ਵੀ ਤੁਸੀਂ ਬਾਦਲ ਨਾਲ ਮੁੜ ਕੇ ਨਹੀਂ ਜਾਓਗੇ ਇਹਦੀ ਇਹੀ ਕਲਚਰ ਰਿਹਾ ਹਰੇਕ ਨੂੰ ਚੁਬਾਰੇ 'ਤੇ ਚਾੜ ਕੇ ਗੁਟਕਾ ਸਾਹਿਬ ਦੀ ਸਹੁੰ ਖਿਲਾਉਂਦਾ ਰਿਹਾ ਅਤੇ ਬਾਅਦ 'ਚ ਉਹਦੇ ਨਾਲ ਇਹ ਗਦਾਰੀ ਕਰਦਾ ਰਿਹਾ ਬੰਦੇ ਨਾਲ ਹਰੇਕ ਬੰਦੇ ਨੂੰ ਇਹਨੇ ਯੂਜ਼ ਕੀਤਾ ਪੈਸੇ ਦੀ ਇਹਦੀ ਸਿਆਸਤ ਸੀ ਮੈਂ ਬਹੁਤ ਵਧਾਈ ਦਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਇਹੋ ਜਿਹੇ ਬੰਦੇ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਅਕਾਲੀ ਦਲ ਇਹੋ ਜਿਹੇ ਲੋਕਾਂ ਕਰਕੇ ਹੀ ਬਦਨਾਮ ਹੋਇਆ ਇਹੋ ਜਿਹੇ ਲੋਕਾਂ ਨੂੰ ਕੱਢਣ ਦੀ ਕੱਢ ਕੇ ਹੀ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਦੁਬਾਰਾ ਵਾਪਸ ਆਊਗਾ ਇਹੋ ਜਿਹੇ ਲੋਕਾਂ ਨੂੰ ਮੂੰਹ ਲਾਉਣ ਦੀ ਕੋਈ ਲੋੜ ਨਹੀਂ ਮੈਂ ਸਰਦਾਰ ਜਗਜੀਤ ਸਿੰਘ ਤਲਵੰਡੀ ਦੀ ਤਾਰੀਫ ਕਰਦਾ ਉਹ ਨੇ ਸਰਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਇੱਕ ਪੁੱਤਰ ਆ ਇਹ ਸਪੁੱਤਰ ਨਹੀਂ ਹੈ ਉਹ ਸਪੁੱਤਰ ਨੇ ਉਹਨੂੰ ਕੁਛ ਨਹੀਂ ਅੱਜ ਤੱਕ ਮਿਲਿਆ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਉਹ ਅੱਜ ਵੀ ਅਕਾਲੀ ਦਲ ਦੇ ਨਾਲ ਚਟਾਨ ਵਾਂਗੂ ਖੜਾ ਉਹਨੇ ਆਪਣਾ ਭਾਈ ਛੱਡਤਾ ਪਰ ਪਾਰਟੀ ਨਹੀਂ ਛੱਡੀ ਉਸ ਉਹ ਬੰਦੇ ਦੀ ਅਤੇ ਇਸ ਬੰਦੇ ਦੀ ਕਰਨੀ ਅਤੇ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਆ।